अकाल तख्त साहब के उन्होंने चाहिए कि सारे सिख बुद्धिजीवी लाइक माइंडेड सिख चाहे वह किसी पार्टी के हो आम आदमी पार्टी के सारे बुला के उत्थे गल कर कि यह जिहड़ी एक साजिश चल रही आ यह सेंटर गवर्नमेंट की जगती आ इहदे तो सानू पंजाबी नूं बच के रहना चाहिए। असीं बहुत ज्यादा नुकसान उठाया उन्हें बहुत ज्यादा नुकसान उठाया और गुरबाणी के उत्ते किंतु परंतु मैं बिल्कुल बर्दाश्त नहीं मैं कहना कि जेडे श्रोमणी गुरुद्वारा प्रबंधक कमेटी नूं इमीजिएटली अपना चैनल खोल के ਉਥੋਂ ਜਿਹੜੀ ਆ ਪ੍ਰਸਾਰ ਕਰਨਾ ਚਾਹੀਦਾ। ਸੁਖਜਿੰਦਰ ਸਿੰਘ ਰੰਧਾਵਾ ਜਿੱਥੇ ਕਹਿੰਦੇ ਆ ਕਿ ਗੁਰਬਾਣੀ ਦੀ ਗੱਲ ਆਉਂਦੀ ਆ ਜਿੱਥੇ ਸਿੱਖਾਂ ਦੀ ਗੱਲ ਆਉਂਦੀ ਆ ਤਾਂ ਉੱਥੇ ਸਾਨੂੰ ਇਕਜੁੱਟ ਹੋ ਕੇ ਰਹਿਣ ਦੀ ਜ਼ਰੂਰਤ ਆ ਇਕਜੁੱਟ ਹੋਣ ਦੀ ਜ਼ਰੂਰਤ ਆ ਜਿੱਥੇ ਕਿ ਸਿੱਖਾਂ ਦੀ ਗੱਲ ਆਉਂਦੀ ਆ ਤਾਂ ਅਸੀਂ ਇਸ ਵੇਲੇ ਵਿਧਾਨ ਸਭਾ ਇਜਲਾਸ ਦੇ ਬਾਹਰ ਬਿਲਕੁਲ ਖੜੇ ਆ। ਅਕਾਲ ਤਖ਼ਤ ਸਾਹਿਬ ਦੇ ਉਹਨਾਂ ਨੂੰ ਚਾਹੀਦਾ ਕਿ ਸਾਰੇ ਸਿੱਖ ਬੁੱਧੀਜੀਵੀ ਲਾਈਕ ਮਾਈਂਡਡ ਸਿੱਖ ਚਾਹੇ ਉਹ ਕਿਸੇ ਪਾਰਟੀ ਦੇ ਹੋਣ ਉਹ ਆਮ ਆਦਮੀ ਪਾਰਟੀ ਦੇ ਸਾਰਿਆਂ ਨੂੰ ਬੁਲਾ ਕੇ ਉੱਥੇ ਗੱਲ ਕਰਨ ਕਿ ਇਹ ਜਿਹੜੀ ਇੱਕ ਸਾਜਿਸ਼ ਚੱਲ ਰਹੀ ਆ ਇਹ ਸੈਂਟਰ ਗਵਰਨਮੈਂਟ ਦੀ ਜਗਤੀ ਆ ਇਹਦੇ ਤੋਂ ਸਾਨੂੰ ਪੰਜਾਬੀ ਨੂੰ ਬਚ ਕੇ ਰਹਿਣਾ ਚਾਹੀਦਾ। ਅਸੀਂ ਬਹੁਤ ਜ਼ਿਆਦਾ ਨੁਕਸਾਨ ਉਠਾਇਆ ਉਹਨੇ ਬਹੁਤ ਜ਼ਿਆਦਾ ਨੁਕਸਾਨ ਉਠਾਇਆ ਔਰ ਗੁਰਬਾਣੀ ਦੇ ਉੱਤੇ ਕਿੰਤੂ ਪਰੰਤੂ ਮੈਂ ਬਿਲਕੁਲ ਬਰਦਾਸ਼ਤ ਨਹੀਂ ਮੈਂ ਕਹਿੰਦਾ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਮੀਡੀਏਟਲੀ ਆਪਣਾ ਚੈਨਲ ਖੋਲ ਕੇ ਉਥੋਂ ਜਿਹੜੀ ਆ ਪ੍ਰਸਾਰ ਕਰਨਾ ਚਾਹੀਦਾ। ਸੁਖਜਿੰਦਰ ਸਿੰਘ ਰੰਧਾਵਾ ਜਿੱਥੇ ਕਹਿੰਦੇ ਆ ਕਿ ਗੁਰਬਾਣੀ ਦੀ ਗੱਲ ਆਉਂਦੀ ਆ ਜਿੱਥੇ ਸਿੱਖਾਂ ਦੀ ਗੱਲ ਆਉਂਦੀ ਆ ਤਾਂ ਉੱਥੇ ਸਾਨੂੰ ਇਕਜੁੱਟ ਹੋ ਕੇ ਰਹਿਣ ਦੀ ਜ਼ਰੂਰਤ ਆ ਇਕਜੁੱਟ ਹੋਣ ਦੀ ਜ਼ਰੂਰਤ ਆ ਜਿੱਥੇ ਕਿ ਸਿੱਖਾਂ ਦੀ ਗੱਲ ਆਉਂਦੀ ਆ ਤਾਂ ਅਸੀਂ ਇਸ ਵੇਲੇ ਵਿਧਾਨ ਸਭਾ ਇਜਲਾਸ ਦੇ ਬਾਹਰ ਬਿਲਕੁਲ ਖੜੇ ਆ। ਅਕਾਲ ਤਖ਼ਤ ਸਾਹਿਬ ਦੇ ਉਹਨਾਂ ਨੂੰ ਚਾਹੀਦਾ ਕਿ ਸਾਰੇ ਸਿੱਖ ਬੁੱਧੀਜੀਵੀ ਲਾਈਕ ਮਾਈਂਡਡ ਸਿੱਖ ਚਾਹੇ ਉਹ ਕਿਸੇ ਪਾਰਟੀ ਦੇ ਹੋਣ ਉਹ ਆਮ ਆਦਮੀ ਪਾਰਟੀ ਦੇ ਸਾਰਿਆਂ ਨੂੰ ਬੁਲਾ ਕੇ ਉੱਥੇ ਗੱਲ ਕਰਨ ਕਿ ਇਹ ਜਿਹੜੀ ਇੱਕ ਸਾਜਿਸ਼ ਚੱਲ ਰਹੀ ਆ ਇਹ ਸੈਂਟਰ ਗਵਰਨਮੈਂਟ ਦੀ ਜਗਤੀ ਆ ਇਹਦੇ ਤੋਂ ਸਾਨੂੰ ਪੰਜਾਬੀ ਨੂੰ ਬਚ ਕੇ ਰਹਿਣਾ ਚਾਹੀਦਾ। ਅਸੀਂ ਬਹੁਤ ਜ਼ਿਆਦਾ ਨੁਕਸਾਨ ਉਠਾਇਆ ਉਹਨੇ ਬਹੁਤ ਜ਼ਿਆਦਾ ਨੁਕਸਾਨ ਉਠਾਇਆ ਔਰ ਗੁਰਬਾਣੀ ਦੇ ਉੱਤੇ ਕਿੰਤੂ ਪਰੰਤੂ ਮੈਂ ਬਿਲਕੁਲ ਬਰਦਾਸ਼ਤ ਨਹੀਂ ਮੈਂ ਕਹਿੰਦਾ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਮੀਡੀਏਟਲੀ ਆਪਣਾ ਚੈਨਲ ਖੋਲ ਕੇ ਉਥੋਂ ਜਿਹੜੀ ਆ ਪ੍ਰਸਾਰ ਕਰਨਾ ਚਾਹੀਦਾ। ਸੁਖਜਿੰਦਰ ਸਿੰਘ ਰੰਧਾਵਾ ਜਿੱਥੇ ਕਹਿੰਦੇ ਆ ਕਿ ਗੁਰਬਾਣੀ ਦੀ ਗੱਲ ਆਉਂਦੀ ਆ ਜਿੱਥੇ ਸਿੱਖਾਂ ਦੀ ਗੱਲ ਆਉਂਦੀ ਆ ਤਾਂ ਉੱਥੇ ਸਾਨੂੰ ਇਕਜੁੱਟ ਹੋ ਕੇ ਰਹਿਣ ਦੀ ਜ਼ਰੂਰਤ ਆ ਇਕਜੁੱਟ ਹੋਣ ਦੀ ਜ਼ਰੂਰਤ ਆ ਜਿੱਥੇ ਕਿ ਸਿੱਖਾਂ ਦੀ ਗੱਲ ਆਉਂਦੀ ਆ ਤਾਂ ਅਸੀਂ ਇਸ ਵੇਲੇ ਵਿਧਾਨ ਸਭਾ ਇਜਲਾਸ ਦੇ ਬਾਹਰ ਬਿਲਕੁਲ ਖੜੇ ਆ। ਅਕਾਲ ਤਖ਼ਤ ਸਾਹਿਬ ਦੇ ਉਹਨਾਂ ਨੂੰ ਚਾਹੀਦਾ ਕਿ ਸਾਰੇ ਸਿੱਖ ਬੁੱਧੀਜੀਵੀ ਲਾਈਕ ਮਾਈਂਡਡ ਸਿੱਖ ਚਾਹੇ ਉਹ ਕਿਸੇ ਪਾਰਟੀ ਦੇ ਹੋਣ ਉਹ ਆਮ ਆਦਮੀ ਪਾਰਟੀ ਦੇ ਸਾਰਿਆਂ ਨੂੰ ਬੁਲਾ ਕੇ ਉੱਥੇ ਗੱਲ ਕਰਨ ਕਿ ਇਹ ਜਿਹੜੀ ਇੱਕ ਸਾਜਿਸ਼ ਚੱਲ ਰਹੀ ਆ ਇਹ ਸੈਂਟਰ ਗਵਰਨਮੈਂਟ ਦੀ ਜਗਤੀ ਆ ਇਹਦੇ ਤੋਂ ਸਾਨੂੰ ਪੰਜਾਬੀ ਨੂੰ ਬਚ ਕੇ ਰਹਿਣਾ ਚਾਹੀਦਾ। ਅਸੀਂ ਬਹੁਤ ਜ਼ਿਆਦਾ ਨੁਕਸਾਨ ਉਠਾਇਆ ਉਹਨੇ ਬਹੁਤ ਜ਼ਿਆਦਾ ਨੁਕਸਾਨ ਉਠਾਇਆ ਔਰ ਗੁਰਬਾਣੀ ਦੇ ਉੱਤੇ ਕਿੰਤੂ ਪਰੰਤੂ ਮੈਂ ਬਿਲਕੁਲ ਬਰਦਾਸ਼ਤ ਨਹੀਂ ਮੈਂ ਕਹਿੰਦਾ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਮੀਡੀਏਟਲੀ ਆਪਣਾ ਚੈਨਲ ਖੋਲ ਕੇ ਉਥੋਂ ਜਿਹੜੀ ਆ ਪ੍ਰਸਾਰ ਕਰਨਾ ਚਾਹੀਦਾ। ਸੁਖਜਿੰਦਰ ਸਿੰਘ ਰੰਧਾਵਾ ਜਿੱਥੇ ਕਹਿੰਦੇ ਆ ਕਿ ਗੁਰਬਾਣੀ ਦੀ ਗੱਲ ਆਉਂਦੀ ਆ ਜਿੱਥੇ ਸਿੱਖਾਂ ਦੀ ਗੱਲ ਆਉਂਦੀ ਆ ਤਾਂ ਉੱਥੇ ਸਾਨੂੰ ਇਕਜੁੱਟ ਹੋ ਕੇ ਰਹਿਣ ਦੀ ਜ਼ਰੂਰਤ ਆ ਇਕਜੁੱਟ ਹੋਣ ਦੀ ਜ਼ਰੂਰਤ ਆ ਜਿੱਥੇ ਕਿ ਸਿੱਖਾਂ ਦੀ ਗੱਲ ਆਉਂਦੀ ਆ ਤਾਂ ਅਸੀਂ ਇਸ ਵੇਲੇ ਵਿਧਾਨ ਸਭਾ ਇਜਲਾਸ ਦੇ ਬਾਹਰ ਬਿਲਕੁਲ ਖੜੇ ਆ।